ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ। ਮੌਸਮ ਚਾਹੇ ਕੋਈ ਵੀ ਹੋਵੇ, ਲੋਕ ਭੋਜਨ ਦੇ ਨਾਲ ਦਹੀਂ ਖਾਣਾ ਜ਼ਰੂਰ ਪਸੰਦ ਕਰਦੇ ਨੇ ਅਤੇ ਜੇਕਰ ਗਰਮੀ ਦਾ ਮੌਸਮ ਹੋਵੇ ਤਾਂ ਦਹੀਂ ਦੀ ਮੰਗ ਥੋੜ੍ਹੀ ਜ਼ਿਆਦਾ ਵੱਧ ਜਾਂਦੀ ਹੈ। ਤਾਂ ਅਜਿਹੇ 'ਚ ਕੁਝ ਲੋਕ ਦਹੀਂ ਦੇ ਵਿੱਚ ਚੀਨੀ ਦੀ ਵਰਤੋਂ ਕਰਦੇ ਨੇ ਅਤੇ ਕੁਝ ਲੋਕ ਦਹੀਂ ਦੇ ਵਿੱਚ ਨਮਕ ਪਾਉਂਦੇ ਨੇ। ਸੋ ਕੀ ਇਸ ਦਾ ਸਹੀ ਕਾਰਨ ਕੀ ਹੈ? ਖੰਡ ਪਾਉਣੀ ਚਾਹੀਦੀ ਆ, ਚੀਨੀ ਪਾਉਣੀ ਚਾਹੀਦੀ ਹੈ ਜਾਂ ਫਿਰ ਨਮਕ? ਸੋ ਕਈ ਲੋਕ ਅਜਿਹੇ ਵੀ ਹੁੰਦੇ ਆ ਕਿ ਦਹੀਂ ਜੋ ਸਿੰਪਲ ਜਾਂ ਸਾਦੀ ਖਾਂਦੇ ਨੇ, ਪਰ ਅਜਿਹਾ ਕਰਨਾ ਗਲਤ ਹੋਵੇਗਾ ਕਿਉਂਕਿ ਦਹੀਂ ਦੀ ਤਸੀਰ ਹੈ ਜੋ ਗਰਮ ਹੁੰਦੀ ਹੈ। ਉਂਝ ਕੁਝ ਲੋਕ ਦਹੀਂ ਸਿੰਪਲ ਖਾ ਲੈਂਦੇ ਨੇ, ਪਰ ਇਸਦਾ ਸੁਭਾਅ ਗਰਮ ਹੁੰਦਾ ਹੈ ਅਤੇ ਇਸਦੇ ਕਾਰਨ ਅਜਿਹਾ ਕਰਨਾ ਗਲਤ ਹੈ। ਇਸਦੀ ਪ੍ਰਕਿਰਤੀ ਤੇਜ਼ਾਬੀ ਹੁੰਦੀ ਹੈ ਅਤੇ ਇਸਨੂੰ ਬਿਨਾਂ ਕੁਝ ਮਿਲਾਏ ਨਹੀਂ ਖਾਣਾ ਚਾਹੀਦਾ। ਇਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਅਜਿਹੇ 'ਚ ਸਵਾਲ ਇਹ ਹੈ ਕਿ ਦਹੀਂ ਦਾ ਸੇਵਨ ਕਿਵੇਂ ਕਰੀਏ? ਸੋ ਸਿਹਤਮੰਦ ਰਹਿਣ ਦੇ ਲਈ ਦਹੀਂ 'ਚ ਨਮਕ ਜਾਂ ਫਿਰ ਚੀਨੀ ਮਿਲਾਉਣੀ ਚਾਹੀਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਆਯੁਰਵੇਦ ਵਿੱਚ ਸਾਫ਼ ਸਾਫ਼ ਕਿਹਾ ਗਿਆ ਹੈ ਕਿ ਰਾਤ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਇਸਦੇ ਨਾਲ ਹੀ ਕੋਸ਼ਿਸ਼ ਕਰੋ ਕਿ ਰੋਜ਼ਾਨਾ ਦਹੀਂ ਦਾ ਸੇਵਨ ਨਾ ਕਰੋ। ਇੰਨਾ ਹੀ ਨਹੀਂ, ਸਾਦਾ ਦਹੀਂ ਖਾਣ ਦੀ ਬਜਾਏ ਇਸ 'ਚ ਮੂੰਗੀ ਦੀ ਦਾਲ, ਸ਼ਹਿਦ, ਘਿਓ, ਚੀਨੀ ਅਤੇ ਆਮਲਾ ਮਿਲਾ ਕੇ ਖਾਓ। ਅਜਿਹਾ ਕਰਨ ਨਾਲ ਸਿਹਤ ਲਈ ਬਹੁਤ ਸਾਰੇ ਫਾਇਦੇ ਹੁੰਦੇ ਨੇ। ਮਾਹਿਰਾਂ ਅਨੁਸਾਰ ਨਮਕ 'ਚ ਭੋਜਨ ਦਾ ਸਵਾਦ ਵਧੀਆ ਬਣਾਉਣ ਦੀ ਸਮਰੱਥਾ ਹੁੰਦੀ ਹੈ ਅਤੇ ਇਸ ਦੇ ਲਈ ਦਹੀਂ 'ਚ ਥੋੜ੍ਹਾ ਜਿਹਾ ਨਮਕ ਪਾਉਣ ਨਾਲ ਕੋਈ ਖਾਸ ਨੁਕਸਾਨ ਨਹੀਂ ਹੁੰਦਾ। ਜਦੋਂ ਤੁਸੀਂ ਰਾਤ ਨੂੰ ਦਹੀਂ ਦਾ ਸੇਵਨ ਕਰਦੇ ਹੋ ਤਾਂ ਡਾਕਟਰ ਨਮਕ ਪਾਉਣ ਦੀ ਸਲਾਹ ਦਿੰਦੇ ਨੇ ਕਿਉਂਕਿ ਇਹ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਦਾ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢਦਾ ਹੈ, ਪਰ ਦਹੀਂ ਦਾ ਸੁਭਾਅ ਤੇਜ਼ਾਬ ਹੈ। ਇਹ ਪੇਟ ਵਿੱਚ ਗੈਸ ਬਣਾਉਂਦਾ ਹੈ ਅਤੇ ਇਸਦੇ ਲਈ ਦਹੀਂ 'ਚ ਜ਼ਿਆਦਾ ਨਮਕ ਪਾਉਣ ਤੋਂ ਬਚਣਾ ਚਾਹੀਦਾ ਹੈ। ਦਹੀਂ ਵਿੱਚ ਨਮਕ ਜਾਂ ਚੀਨੀ ਪਾਉਣਾ ਸਹੀ? ਰੋਜ਼ਾਨਾ ਨਮਕ ਮਿਲਾ ਕੇ ਦਹੀਂ ਖਾਣ ਨਾਲ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਅਤੇ ਅਜਿਹੇ ਕਰਨ ਨਾਲ ਵਾਲਾਂ ਦਾ ਝੜਨਾ, ਸਮੇਂ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਅਤੇ ਚਮੜੀ 'ਤੇ ਮੁਹਾਸੇ ਹੋ ਸਕਦੇ ਨੇ। ਇਸਦੇ ਲਈ ਦਹੀਂ 'ਚ ਨਮਕ ਪਾਉਣ ਤੋਂ ਬਚਣਾ ਚਾਹੀਦਾ ਹੈ। ਖੰਡ ਦੀ ਗੱਲ ਕਰੀਏ ਤਾਂ ਦਹੀਂ ਵਿੱਚ ਚੀਨੀ ਮਿਲਾ ਕੇ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਵਾਸਤੇ ਵਿੱਚ ਜਦੋਂ ਦਹੀਂ ਵਿੱਚ ਖੰਡ ਮਿਲਾਈ ਜਾਂਦੀ ਹੈ ਤਾਂ ਇਸਦਾ ਸੁਭਾਅ ਠੰਡਾ ਹੋ ਜਾਂਦਾ ਹੈ ਅਤੇ ਇਸਨੂੰ ਖਾਣ 'ਚ ਕੋਈ ਨੁਕਸਾਨ ਨਹੀਂ ਹੁੰਦਾ। ਸੋ ਦਹੀਂ 'ਚ ਗੁੜ ਜਾਂ ਸ਼ੱਕਰ ਮਿਲਾ ਕੇ ਖਾਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਡਾਕਟਰਾਂ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹਨਾਂ ਨੂੰ ਦਹੀਂ 'ਚ ਨਮਕ ਬਿਲਕੁਲ ਵੀ ਨਹੀਂ ਪਾਉਣਾ ਚਾਹੀਦਾ। ਇਸ ਦੇ ਨਾਲ ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ, ਡਿਮੈਂਸ਼ੀਆ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ। ਅਤੇ ਇਸ ਤੋਂ ਇਲਾਵਾ ਨਮਕ ਮਿਲਾ ਕੇ ਦਹੀਂ ਖਾਣ ਨਾਲ ਇਸ ਵਿੱਚ ਮੌਜੂਦ ਲਾਭਕਾਰੀ ਬੈਕਟੀਰੀਆ ਖਤਮ ਹੋ ਜਾਂਦੇ ਨੇ ਅਤੇ ਇਸ ਦੇ ਨਾਲ ਸਾਡਾ ਪਾਚਨ ਤੰਤਰ ਖਰਾਬ ਹੋ ਸਕਦਾ ਹੈ। ਤਾਂ ਹੁਣ ਸਭ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਦਹੀਂ ਦੇ ਵਿੱਚ ਨਮਕ ਦੀ ਬਜਾਏ ਚੀਨੀ ਪਾਉਣੀ ਚਾਹੀਦੀ ਆ, ਕਿਉਂਕਿ ਚੀਨੀ ਦੇ ਨਾਲ ਉਸਦਾ ਸੁਭਾਅ ਵੀ ਠੰਡਾ ਹੋ ਜਾਂਦਾ ਹੈ। ਬਾਕੀ ਚੀਨੀ ਪਾਉਣ ਦੇ ਨਾਲ ਜਾਂ ਗੁੜ ਜਾਂ ਸ਼ੱਕਰ ਪਾਉਣ ਦੇ ਨਾਲ, ਸੋ ਕਈ ਲੋਕ ਹੁੰਦੇ ਆ ਕਿ ਚੀਨੀ ਤੋਂ ਪਰਹੇਜ਼ ਕਰਦੇ ਹੁੰਦੇ ਆ, ਤਾਂ ਉਹ ਲੋਕ ਗੁੜ ਜਾਂ ਸ਼ੱਕਰ ਵੀ ਦਹੀਂ ਦੇ ਵਿੱਚ ਮਿਲਾ ਸਕਦੇ ਨੇ, ਕਿਉਂਕਿ ਦਹੀਂ ਹੈ ਜੋ ਸ਼ੱਕਰ ਦੇ ਨਾਲ ਉਸਦੇ ਬਹੁਤ ਜ਼ਿਆਦਾ ਫਾਇਦੇ ਨੇ। ਸੋ ਇਹ ਸੀ ਸਾਡੀ ਅੱਜ ਦੀ ਹੈਲਥ ਬਾਰੇ ਜਾਣਕਾਰੀ।